तुम्हारे लेके दर्शन देखे सुलग जी मृपय दर्शन देखे सतगुरु की पावन पवित्र मुबारक बोध विच जुड़ बैठ रबी बाणी का कीर्तन सरगुण कर रहे गुरु सवारे बटपागे सत संगीतानों आप जी ने कीर्तन द्वारा गुरु साहब जी के अमृत वचन गुरु घर के कीर्तनियां पासों सरगुण कीते ने अमृत बचना के राही मेरे मालक सतगुरु गुरु रामदास पिता महाराज मालक की शरण किवें आना है इस गल की विचार करते जे आप पूछिए पाच जी किवें आना है मालक ने चलाकी छड़ के मालक जी किवें आना है पाच कहते हड़ताल छड़ के मालक की शरण च रहना किवें है पाचक कहते कोई चंगा कवे कोई माड़ा कवे तुहानू कोई परवाह नहीं होनी चाहिए पर ये वो लोग करते जेड़े अपना आप मालक को समर्पण कर देते हजूर के अमृत बचन ने
अब हम चली ठाकुर कह का हूं मैं हार के थक के चली हाँ मालक की शरण हूं दाता मैं तेरी शरण आ गई ना जब हम शरण प्रभु की आई तेरी शरण आ गई हाँ तो पहली मेरी बेनती ये है राख प्रभु भावें मार हूं तेरी मर्जी है मैनु रख तेरी मर्जी है मैनु मार तेरी मर्जी है मैनु आशीष दे तेरी मर्जी है मैनु धक्का दे मैं अपना कर्म तेरे दर ते समर्पण कर दिता हूं जो मैं इस पासे तुरी ना लोगों ने बड़िया गल पर मैनु उन्होंने लोगों की भी कोई परवाह नहीं कोई भला कहो भावे बोला कहो हम तन दी योग है ढाप लोकन की चतुराई को हुमा ते बैतन कर जा मालक ने अग च छाड़ दे लोगों दी वडियाई सियाणप जिहड़ियां अग च छाड़ दे क्योंकि इन्हों सियाणपां दे नाल तुसी मालक दी नजर दे पात्र ने बन सकदे ये शब्द असं कि समय बाद सुनिया होगा जी साल छह महीने बाद पर वेखो जप जी की बाणी च नानक सतगुरु हर रोज साढ़े कन्नी बचन पाते पर कन्नी बचन उन्होंने पैदा जो बोल के बाणी पढ़ते ने और कन्ना के नाल सुनते लखना चल चपची की बाणी मालक कहते हजारा सियाणप होना एक भी ना लगना फिर मालक ने चलाकी छड़ दे अखीर मेरे मालक ने एक होर गल आखी दाता ये तेरा सुभा है कि जो आवत शरण जो जो मर्जी आ जाए वेखो गुरुद्वारे कोई भी आवे किसी दे उठ ते पाबंदी है वेखो जे कहते गुरुद्वारे कोई भी बैठ के लंगर छके कोई पाबंदी है कोई भी बैठ के प्रसाद लवे कोई पाबंदी है कोई भी आके कीर्तन सुने कथा सुने पाठ सुने जां आप पाठ करे कोई पाबंदी नहीं हां उहदे कोले ना गुरमत तों उल्ट चीजां नहीं होनियां चाहिए ਜਿਵੇਂ ਕੋਈ ਨਸ਼ਾ ਪਤਾ ਲੈ ਕੇ ਆ ਜਾਏਗਾ ਉਹ ਕੰਮ ਮਾੜਾ ਹੋ ਜਾਏਗਾ ਤੂੰ ਸਭ ਕਹਿੰਦੇ ਦੱਸਦਾ ਇਹ ਤੇਰਾ ਸੁਭਾਅ ਹੈ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤੇ ਸਰਾਕੋ ਕਿਰਪਾ ਧਾਹਾ ਜਿਹੜਾ ਵੀ ਤੇਰੀ ਸ਼ਰਨ ਆ ਗਿਆ ਤੂੰ ਕਿਰਪਾ ਕੀਤੀ ਨੂੰ ਰੱਖ ਲਿਆ ਹੁਣ ਇਹ ਤੂੰ ਮੈਂ ਕੀ ਸਿੱਖਿਆ ਮਾਲਕ ਜੀ ਮੈਂ ਵੀ ਤੇਰੀ ਸ਼ਰਨ ਆਇਆ ਨਾਨਕ ਸ਼ਰਨ ਤੁਮਾਰੀ ਹਰ ਜੀਓ ਹਰ ਜੀ ਮੈਂ ਤੁਹਾਡੀ ਸ਼ਰਨ ਆ ਗਿਆ ਰੱਖੋ ਲਾਗ ਬਰਾਰ ਤੇ ਤੁਸੀਂ ਸ਼ਰਨ ਆਈ ਦੀ ਲਾਗ ਰੱਖਣ ਵਾਲੇ ਇਸ ਕਰਕੇ ਮੇਰੀ ਪੈਰ ਰੱਖ ਕੀਰਤਨ ਉਪਰੰਤ ਆਪ ਜੀ ਨੇ ਅੱਜ ਅਲਾਣੀਆਂ ਸਰਲੇਖ ਹੇ ਨਾਨਕ ਸਤਿਗੁਰ ਜੀ ਦਾ ਉਚਾਰਨ ਕੀਤਾ ਹੋਇਆ ਦੂਸਰਾ ਸ਼ਬਦ ਔਰ ਦੂਸਰੇ ਸ਼ਬਦ ਦੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਕਿਉਂਕਿ ਦੋ ਪਦਿਆਂ ਦਾ ਪਾਠ ਤੇ ਵਿਚਾਰ ਸੀ ਕੱਲ੍ਹ ਦੇ ਸਮੇਂ 'ਚ ਕੀਤੀ ਸੀ ਅੱਜ ਅਗਲੇ ਦੋ ਪਦਿਆਂ 'ਚ ਮੇਰੇ ਮਾਲਕ ਨੇ ਵਚਨ ਕੀਤਾ ਕੱਲ ਕੀਤੇ ਸੀ ਸਤਿਗੁਰ ਨੇ ਮਰਨਾ ਬੰਦਾ ਲੋਕਾਂ ਆਖੀਏ ਭਾਈ ਮੌਤ ਨੂੰ ਮਾੜਾ ਨਾ ਆਖੋ ਪਰ ਜੇ ਮਰਨਾ ਆ ਜਾਏ ਫਿਰ ਮਰਨ ਸਫਲ ਹੋ ਜਾਂਦਾ ਹੁਣ ਮਰਨਾ ਕਿੰਨਾ ਨੂੰ ਆਇਆ ਤੇ ਮਰਨਾ ਕਿੰਨਾ ਦਾ ਸ਼ਬਦ ਹੋਇਆ ਤੇ ਸਤਿਗੁਰ ਕਹਿੰਦੇ ਸੂਰਮਿਆਂ ਦਾ ਸੂਰਮਿਆਂ ਦਾ ਮਰਨਾ ਸਫਲ ਹੁੰਦਾ ਸੂਰਮਿਆਂ ਦਾ ਮਰਨਾ ਪ੍ਰਮਾਣ ਹੁੰਦਾ ਕਿਉਂਕਿ ਸੂਰਮੇ ਦੀ ਮੌਤ ਜਿਹੜੀ ਹੈ ਨਾ ਉਹ ਕਿਸੇ ਨਾ ਕਿਸੇ ਮਕਸਦ ਦੇ ਵਾਸਤੇ ਹੈ ਕਿਸੇ ਕਾਰਨ ਦੇ ਵਾਸਤੇ ਉਹਦੀ ਮੌਤ ਖਿਆਲ ਰੱਖਣਾ ਆਪਾਂ ਜਦੋਂ ਬਾਣੀ ਪੜ੍ਹਾਂਗੇ ਗੁਰੂ ਸਾਹਿਬ ਜੀ ਨੇ ਸੂਰਮਿਆਂ ਦੀਆਂ ਨਿਸ਼ਾਨੀਆਂ ਦੱਸੀਆਂ ਔਰ ਇਹ ਵੀ ਕਿਹਾ ਵੀ ਸੂਰਮਾ ਕੌਣ ਬਣ ਸਕਦਾ ਸੰਸਾਰ ਦਾ ਹਰ ਇੱਕ ਵਿਅਕਤੀ ਹੈ ਭਾਵੇਂ ਉਹ ਔਰਤ ਹੈ ਭਾਵੇਂ ਮਰਦ ਹੈ ਸੂਰਮਾ ਬਣ ਸਕਦਾ
ਉਹ ਕਿਵੇਂ ਬਣ ਸਕਦਾ? ਦਾਤੇ ਨੇ ਬਾਣੀ ਚ ਬਚਨ ਕੀਤਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈ ਖੈਰ ਸੂੜਾ। ਜਿਹਨੂੰ ਇਸ ਜੀਵਨ ਦੇ ਅੰਦਰ ਪ੍ਰਭੂ ਦੇ ਪ੍ਰੇਮ ਦਾ ਰੰਗ ਚੜ ਗਿਆ, ਭਾਵੇਂ ਮਰਦ ਹੋਵੇ ਭਾਵੇਂ ਔਰਤ ਹੋਵੇ, ਜਿਹਨੂੰ ਪ੍ਰੇਮ ਦਾ ਰੰਗ ਚੜ ਗਿਆ ਉਹ ਸੂਰਮਾ। ਕਿੱਦਾਂ ਮਤਲਬ ਸੂਰਮਾ ਹਰ ਕੋਈ ਬਣ ਸਕਦਾ? ਅਗਲੀ ਗੱਲ ਮੇਰੇ ਮਾਲਕ ਨੇ ਬਚਨ ਕੀਤਾ, ਸੂਰਮਾ ਉਹ ਹੈ ਕਿਹੜਾ? ਸੂਰਾ ਸੋ ਪਹਿਚਾਨੀ ਹੈ ਕਿਹੜਾ? ਜੋ ਲੜੈ ਦੀਨ ਕਹਿ ਗਏ, ਜਿਹੜਾ ਧਰਮ ਦੇ ਖਾਤਰ ਲੜਦਾ ਹੈ। ਇੰਝ ਕਹਿੰਦੇ ਹਾਂ ਧਰਮ ਤੋਂ ਪਾਪ, ਜਿਹੜਾ ਫਰਜ਼ ਦੀ ਰਾਖੀ ਕਰਦਾ ਹੈ ਔਰ ਫਰਜ਼ ਦੀ ਰਾਖੀ ਕਰਦੇ ਹੋਏ ਮਰਦਾ ਹੈ ਉਹ ਸੂਰਮਾ। ਤੁਸੀਂ ਵੇਖੋ ਆਪਣੇ ਸਰੀਰ ਦੇ ਟੋਟੇ ਟੋਟੇ ਕਰਵਾ ਲਏਗਾ, ਅਸੂਲ ਨਹੀਂ ਛੱਡੇਗਾ, ਅਸੂਲ ਨਹੀਂ ਛੱਡੇਗਾ, ਖਿਆਲ ਰੱਖਣਾ। ਤੋ ਦੂਜਾ ਅਸੂਲਮਾ ਉਹ ਹੈ ਜੋ ਲੜੈ ਦੀਨ ਕਹਿ ਗਏ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ। ਇਸ ਤੋਂ ਅੱਗੇ ਵੀ ਕੋਈ ਸੂਰਮਾ ਹੈ? ਮਾਲਕ ਕਹਿੰਦੇ ਹਾਂ, ਇਸ ਤੋਂ ਅੱਗੇ ਵੀ ਸੂਰਮਾ ਹੈ। ਸੂਰਮਾ ਹਰ ਕੋਈ ਬਣ ਸਕਦਾ ਹੈ। ਤੇ ਦਾਤੇ ਨੇ ਫਰਮਾਨ ਕੀਤਾ ਤੀਸਰੇ ਪਦੇ ਦੀ ਪ੍ਰਾਰੰਭਤਾ ਕਰਦੇ ਹੋਏ ਸਾਹਿਬ ਜੀ ਫਰਮਾਨ ਕਰਦੇ ਨੇ, ਮਰਣਾ ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਮਾਣੋ। ਪਚ ਜੀ ਨੇ ਬਚਨ ਕੀਤਾ ਉਹਨਾਂ ਸੂਰਮਿਆਂ ਦਾ ਮਰਨਾ ਪ੍ਰਵਾਨ ਹੈ। ਕਿਹੜੇ ਅੰਦ? ਜਿਹੜੇ ਹੱਕ ਦੇ ਵਾਸਤੇ ਲੜਦੇ ਨੇ, ਜਿਹੜੇ ਸੱਚ ਦੇ ਵਾਸਤੇ ਲੜਦੇ ਨੇ, ਜਿਹੜੇ ਫਰਜ਼ ਦੇ ਵਾਸਤੇ ਲੜਦੇ ਨੇ, ਕਿਸੇ ਨਾ ਕਿਸੇ ਮਕਸਦ ਵਾਸਤੇ ਜੇ ਕੋਈ ਸ਼ਹੀਦ ਹੁੰਦਾ ਹੈ ਉਹਦੀ ਸ਼ਹਾਦਤ ਪਰਵਾਰ। ਹੁਣ ਤੁਸੀਂ ਵੇਖੋ, ਅਸੀਂ ਗੁਰੂ ਦੇ ਕੋਲੋਂ ਬੜੀਆਂ ਚੀਜ਼ਾਂ ਮੰਗਦੇ ਹਾਂ। ਕਦੇ ਕਿਸੇ ਨੇ ਗੁਰੂ ਦੇ ਕੋਲੋਂ ਸ਼ਹਾਦਤ ਦੀ ਦਾਤ ਵੀ ਮੰਗੀ ਹੈ ਕਿ ਮਾਲਕਾ ਮੇਰੇ ਤੇ ਰਹਿਮਤ ਕਰ, ਕਦੇ ਮੈਨੂੰ ਵੀ ਸਬੱਬ ਬਖਸ਼, ਕਦੇ ਮੈਨੂੰ ਵੀ ਸੁਭਾਗ ਮਿਲੇ, ਸੁਭਾਗ ਮਿਲੇ ਸ਼ਹਾਦਤ ਜਾਂ ਸ਼ਹੀਦੀ ਪ੍ਰਾਪਤ ਕਰਨ ਦਾ। ਨਹੀਂ, ਕਿਉਂਕਿ ਮਰਨਾ ਤੇ ਅਸੀਂ ਚਾਹੁੰਦੇ ਕਿ ਪਰ ਬਿਰਲੇ ਨੇ ਜਿਨ੍ਹਾਂ ਨੇ ਗੁਰੂ ਦੇ ਘਰੋਂ, ਗੁਰੂ ਦੇ ਦਰੋਂ ਘਰੋਂ ਸ਼ਹਾਦਤ ਦੀ ਦਾਤ ਮੰਗੀ ਔਰ ਉਹਨਾਂ ਨੂੰ ਸ਼ਹਾਦਤ ਦੀ ਦਾਤ ਮਿਲੀ, ਉਹ ਸ਼ਹਾਦਤ ਪ੍ਰਾਪਤ ਹੋ ਕੇ ਸਦੀਵ ਕਾਲ ਵਾਸਤੇ ਆਪਣਾ ਨਾਮ ਤਵਾਰੀਖੀ ਅੱਖਰਾਂ ਦੇ ਵਿੱਚ ਲਿਖਵਾ ਗਏ। ਤੇ ਤਵਾਰੀਖ ਅੱਖਰ ਜਦੋਂ ਵੀ ਕੋਈ ਪੜ੍ਹਦਾ ਹੈ ਉਹਨਾਂ ਸੂਰਮਿਆਂ ਨੂੰ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਾ। ਅੱਜ ਜਾਂ ਕੱਲ ਦੇ ਵਿੱਚ ਸ਼ਹਿਬਾਜ ਸਿੰਘ ਤੇ ਸੁਬੇਗ ਸਿੰਘ ਦਾ ਸ਼ਹੀਦੀ ਦਿਹਾੜਾ ਨਿਕਲਿਆ। ਇਹ ਦੋਵੇਂ ਪਿਓ ਪੁੱਤ ਨੇ ਜਿਹਨਾਂ ਨੂੰ ਚਰਖੜੀ ਤੇ ਚਾੜ੍ਹ ਕੇ ਘੁਮਾਇਆ ਗਿਆ, ਚਰਖੜੀ ਤੇ ਚਾੜ੍ਹ ਕੇ। ਔਰ ਜਦੋਂ ਵੀ ਕਿਸੇ ਵਿਅਕਤੀ ਨੂੰ ਚਰਖੜੀ ਤੇ ਚਾੜ੍ਹ ਕੇ ਘੁਮਾਇਆ ਜਾਂਦਾ ਸੀ ਨਾ, ਉਹ ਚਰਖੜੀ ਇੱਕ ਵਿਸ਼ੇਸ਼ ਕਿਸਮ ਨਾਲ ਤਿਆਰ ਕੀਤੀ ਜਾਂਦੀ ਸੀ। ਖਿਆਲ ਰੱਖਣਾ, ਚਰਖਾ ਤੇ ਸਭ ਨੇ ਵੇਖਿਆ ਹੋਏਗਾ, ਠੀਕ ਹੈ ਜੀ। ਹੁਣ ਇੱਕ ਪਾਸੇ ਬਿਲਕੁਲ ਗੋਲ ਚਰਖੀ, ਦੂਜੇ ਪਾਸੇ ਜਿਹੜੀ ਚਰਖੀ ਲਾਉਣੀ ਹੈ ਨਾ ਉਹ ਦੰਦਿਆਂ ਵਾਲੀ। ਹੁਣ ਜਿਹੜੀ ਬਿਨਾਂ ਦੰਦਿਆਂ ਤੋਂ ਹੈ ਉਹਦੇ ਤੇ ਬੰਦੇ ਨੂੰ ਬੰਨ ਦੇਣਾ ਤੇ ਉਹਨੂੰ ਨਾਲ ਜੋੜ ਦੇਣਾ, ਤੇ ਜਦੋਂ ਉਹ ਦੰਦਿਆਂ ਨੇ ਸਰੀਰ ਲੂਹ ਕੇ ਰੱਖ ਦੇਣਾ। ਖਿਆਲ ਰੱਖਣਾ, ਇਹਨਾਂ ਦੋਨਾਂ ਪਿਓ ਪੁੱਤਰ ਨੂੰ ਪਤਾ ਕਿਸ ਢੰਗ ਨਾਲ ਬੰਨਿਆ ਗਿਆ? ਉੱਪਰ ਬਾਪ ਬੰਨਤਾ, ਥੱਲੇ ਪੁੱਤਰ ਬੰਨਤਾ, ਦੋਨਾਂ ਨੂੰ ਬੰਨਤਾ ਉੱਪਰ ਥੱਲੇ। ਹੁਣ ਉੱਪਰ ਥੱਲੇ ਬੰਨ ਕੇ ਦੋਨਾਂ ਨੂੰ ਚਰਖੜੀ ਨਾਲ ਜੋੜ ਕੇ ਤਵਾਰੀ ਕਹਿੰਦੀ ਉੱਚੇ ਚਾਲ ਫਿਰ ਬਹੁਤ ਘੁਮਾਇਆ, ਉਹਨਾਂ ਨੂੰ ਫਿਰ ਘੁਮਾਇਆ ਚਰਖੜੀ ਤੇ। ਤੂੰ ਜਿਵੇਂ ਜਿਵੇਂ ਦੰਦੇ ਸਰੀਰ ਚ ਵੱਜਦੇ ਸੀ ਨਾ ਜੀ, ਮਾਸ ਨੋਚ ਨੋਚ ਕੇ ਵਾਲ ਕੱਟਦੇ ਸਨ,
ਹੁਣ ਬਾਪ ਦਾ ਖੂਨ ਪੁੱਤ ਤੇ ਪੁੱਤ ਦਾ ਖੂਨ ਬਾਪ ਤੇ ਪਰਵੇਰ ਕੋ ਦੋਵੇਂ ਪਿਓ ਪੁੱਤ ਡੋਲੇ ਨਹੀਂ ਚਰਖੜੀ ਤੇ ਚੜ ਗਏ ਐਸੇ ਕਰਕੇ ਅਸੀਂ ਜਦੋਂ ਵੀ ਅਰਦਾਸ ਕਰਾਂਗੇ ਚਰਖੜੀਆਂ ਤੇ ਚੜੇ ਯਾਦ ਕਰਦੇ ਉਹਨਾਂ ਦੀ ਕਮਾਈ ਹੈ ਔਰ ਤੁਸੀਂ ਵੇਖੋ ਉਹ ਆਪਣੇ ਆਪ ਨੂੰ ਬਚਾ ਸਕਦੇ ਸੀ ਬਸ ਉਹਨਾਂ ਨੇ ਕੋਈ ਕੰਮ ਕਰਨਾ ਸੀ ਕਿ ਵੀ ਅਸੀਂ ਸਿੱਖ ਨਹੀਂ ਹਾਂ ਤੇ ਮੁਸਲਮਾਨ ਬਣਾਉਣ ਤੇ ਆ ਵਾਪਸ ਤੇ ਜੇ ਉਹ ਮੁਸਲਮਾਨ ਬਣਦੇ ਉਹਨਾਂ ਨੂੰ ਚਰਖੜੀ ਤੇ ਚੜ੍ਹਨ ਦੀ ਲੋੜ ਹੀ ਨਾ ਪੈਂਦੀ ਤੇ ਗੁਰੂ ਕੀ ਸੰਗਤ ਜੇ ਉਹ ਚਰਖੜੀ ਤੇ ਨਾ ਚੜ੍ਹਦੇ ਤੇ ਉਹਨਾਂ ਦਾ ਤਵਾਰੇ ਵਿੱਚ ਨਾਮ ਵੀ ਨਹੀਂ ਆਉਣਾ ਹੁਣ ਉਹ ਤੇ ਆਪਣੇ ਸਵਾਲ ਕਰ ਦਿੰਦੇ ਨੇ ਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸਾਨੂੰ ਤੇ ਸਦਾ ਟੰਗ ਦਿੰਦੇ ਉਹ ਕਹਿੰਦੇ ਗੱਲ ਦੱਸੋ ਜੇ ਅਸੀਂ ਮੁਸਲਮਾਨ ਬਣ ਜਾਈਏ ਤਾਂ ਮੁਸਲਮਾਨ ਬਣ ਕੇ ਮੌਤ ਨਹੀਂ ਆਏਗੀ ਮੁਸਲਮਾਨ ਮੌਤ ਨਹੀਂ ਆਉਂਦੀ ਆਉਂਦੀ ਹੈ ਤੇ ਕਹਿੰਦੇ ਜੇ ਮੁਸਲਮਾਨ ਬਣ ਕੇ ਵੀ ਮਰਨਾ ਤੇ ਫਿਰ ਸਿੱਖੀ ਤੋਂ ਬੇਮੁਖ ਜ਼ਰੂਰੀ ਹੋਣਾ ਮੌਤ ਤਾਂ ਇੱਧਰ ਵੀ ਹੈ ਤੇ ਮੌਤ ਉੱਧਰ ਵੀ ਹੈ ਫਿਰ ਮੂੰਹ ਕਿਉਂ ਕਾਲਾ ਕਰੀਏ ਅਸੀਂ ਵੀ ਮੂੰਹ ਕਾਲਾ ਕਰ ਅਸੀਂ ਤੁਹਾਡੀ ਬਾਤ ਨਹੀਂ ਮੰਨਣੀ ਤੁਸੀਂ ਜਿੱਥੇ ਟੰਗਣਾ ਟੰਗ ਦੇ ਜੋ ਦਾਤਾ ਜੀ ਨੇ ਬਚਨ ਕੀਤਾ ਮਰਨ ਮੁਣਸਾਂ ਸੂਰਿਆਂ ਹੱਕ ਹੈ ਕਹਿੰਦੇ ਉਹ ਜਿਹੜੇ ਸੂਰਮੇ ਨੇ ਨਾ ਉਹਨਾਂ ਦਾ ਮਰਨਾ ਸਫਲ ਹੈ ਪ੍ਰਵਾਨ ਹੈ ਜਿਹੜੇ ਕਿਸੇ ਮਕਸਦ ਵਾਸਤੇ ਮਰਦੇ ਹੁਣ ਤੁਸੀਂ ਵੇਖੋ ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਕਹਿੰਦੇ ਨੇ ਸਿੱਖਾ ਤੇਰੀ ਜਾਨ ਇੱਕੋ ਹੀ ਸ਼ਰਤ ਤੇ ਬਚ ਸਕਦੀ ਹੈ ਦੱਸੋ ਤੁਸੀਂ ਕੀ ਛੱਡਦੇ ਕਹਿੰਦਾ ਸਿੱਖੀ ਛੱਡਦੇ ਖਾਨ ਕਹਿ ਤੂੰ ਹੋ ਮੁਸਲਮਾਨ ਤਬ ਛੋੜੇਗੇ ਤੁਮਰੀ ਜਾਨ ਸਿੱਧੀ ਗੱਲ ਹੈ ਸਪਸ਼ਟ ਹੈ ਕਹਿੰਦੇ ਨੇ ਤੇਰੀ ਜਾਨ ਤਾਂ ਬਖਸ਼ਾਂਗੇ ਜੇ ਤੂੰ ਮੁਸਲਮਾਨ ਬਣ ਜਾਏ ਤੇ ਸਿੱਖੀ ਛੱਡ ਗਏ ਅੱਗੋਂ ਪਤਾ ਕੀ ਕਹਿੰਦਾ ਮੈਂ ਸਿੱਖੀ ਤਾਂ ਨਹੀਂ ਛੱਡ ਸਕਦਾ ਹੁਣ ਅੱਗੋਂ ਵੇਖੋ ਦੀ ਬੋਲੀ ਵੇਖੋ ਕਿਉਂਕਿ ਜਦੋਂ ਬੰਦਾ ਕਿਸੇ ਅਹੁਦੇ ਤੇ ਬੈਠਾ ਹੁੰਦਾ ਨਾ ਅਹੁਦੇ ਦਾ ਨਸ਼ਾ ਨਾ ਹੋਵੇ ਕਦੇ ਹੋ ਹੀ ਨਹੀਂ ਸਕਦਾ ਅਹੁਦਿਆਂ ਤੇ ਬਹਿਣਾ ਸੌਖਾ ਹੈ ਪਰ ਪਦਵੀਆਂ ਹਜ਼ਮ ਕਰਨੀਆਂ ਬੜੀਆਂ ਔਖੀਆਂ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਜਿਸ ਸਿੱਖੀ ਕੋ ਕਹਿ ਤੂੰ ਨੂਰੀ ਮਾਰ ਜੂਤੀਨ ਕਰੋ ਅਧੂਰੀ ਕਹਿੰਦਾ ਜਿਹੜੀਆਂ ਸਿੱਖੀ ਦੀਆਂ ਤੂੰ ਗੱਲਾਂ ਕਰਦਾ ਮੈਂ ਮਾਰ ਮਾਰ ਕੇ ਜੁੱਤੀਆਂ ਤੇਰੇ ਸਿਰ ਤੋਂ ਸਾਰੀ ਸਿੱਖੀ ਲਾ ਦੇਣੀ ਕਈ ਵਾਰੀ ਹੁੰਦਾ ਨਾ ਅਸੀਂ ਆਪਾਂ ਬੋਲਦੇ ਹਾਂ ਮੈਂ ਮਾਰ ਮਾਰ ਕੇ ਜੁੱਤੀਆਂ ਤੇਰਾ ਸਿਰ ਗੰਜਾ ਕਰ ਦੋ ਹਾਲਾਂਕਿ ਅੱਜ ਤੱਕ ਜੁੱਤੀਆਂ ਮਾਰ ਕੇ ਕਿਸੇ ਨੇ ਸਿਰ ਗੰਜਾ ਕੀਤਾ ਨਹੀਂ ਹੈ ਖਿਆਲ ਰੱਖਣਾ ਤੇ ਕੇਸ ਇੰਨੇ ਕਮਜ਼ੋਰ ਵੀ ਨੇ ਵੀ ਕਿਸੇ ਦੀਆਂ ਜੁੱਤੀਆਂ ਮਾਰਨ ਦੇ ਨਾਲ ਕੇਸ ਜਿਹੜੇ ਸਿਰ ਤੋਂ ਲੱਥ ਜਾਣਗੇ ਤੇ ਬੰਦਾ ਗੰਜਾ ਹੋ ਜਾਊਗਾ ਇੱਕ ਬੇਇੱਜ਼ਤ ਕਰਨਾ ਅਗਲੇ ਨੂੰ ਜਿਵੇਂ ਜਾ ਮੈਂ ਤੇਰੇ ਮੂੰਹ ਤੇ ਥੁੱਕਦਾ ਹੀ ਨਹੀਂ ਅਗਲਾ ਕਹਿੰਦਾ ਤੂੰ ਥੁੱਕ ਕੇ ਦਿਖਾ ਫਿਰ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਬਾਣੀ ਚ ਬਚਨ ਹੁੰਦਾ ਸਕੀ ਵਾਰ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਹੇ ਨਾਨਕ ਐਵੇਂ ਜਾਣੀਏ ਤਿਤ ਮੁਖ ਤੁੱਕਾ ਪਾਹੇ ਮਾਲਕ ਦੇ ਉਸ ਮੂੰਹ ਤੇ ਥੁੱਕਾਂ ਪੈਂਦੀਆਂ ਨੇ ਕਿਹੜੇ ਤੇ ਜਿਹੜੇ ਮਾਲਕ ਦੀ ਬਾਣੀ ਪੜ੍ਹਨ ਤੋਂ ਬਿਨਾਂ ਨਾਮ ਜਪਣ ਤੋਂ ਬਿਨਾਂ ਛੱਕਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਜਿਹੜੇ ਮੁੱਖ ਨਾਮ ਨਹੀਂ ਜਪਦੇ ਬਿਨ ਨਾਮੈ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਰਸ ਖਾਹੇ ਸਵਾਦਲੇ ਪਦਾਰਥ ਖਾਂਦੇ ਨੇ ਮਾਲਕ ਨੇ ਬਚਨ ਕੀਤਾ ਨਾਨਕ ਐਵੇਂ ਜਾਣੀਏ ਤਿਤ ਮੁਖ ਤੁੱਕਾ ਪਾਹੇ ਹੁਣ ਉਹਨਾਂ ਦੇ ਮੂੰਹ ਤੇ ਤੁੱਕਾਂ ਪੈਂਦੀਆਂ ਨੇ ਹੁਣ ਜਿਹੜੇ ਨਹੀਂ ਨਾਮ ਜਪ ਕੇ ਰੋਟੀ ਖਾਂਦੇ ਕਦੇ ਵੇਖਿਓ ਉਹਨਾਂ ਦੇ ਮੂੰਹ ਤੇ ਤੁੱਕ ਪੈਂਦੀ ਨਹੀਂ ਤੁੱਕਾਂ ਪੈਂਦੀਆਂ ਤੋਂ ਭਾਵ ਕੀ ਹੈ ਉਹਨਾਂ ਨੂੰ ਹਰ ਵੇਲੇ ਹਰ ਥਾਂ ਤੇ ਬੇਇੱਜ਼ਤ ਹੋਣਾ ਪੈਂਦਾ ਥਾਂ ਥਾਂ ਤੇ ਬੇਇੱਜ਼ਤ ਹੋਣਾ ਪੈਂਦਾ ਕਹਿੰਦਾ ਜਿਸ ਸਿੱਖੀ ਕੋ ਕਹਿ ਤੂਰੀ ਮਾਰ ਚੁੱਕੀ ਨੇ ਕਰੋ ਅਧੂਰੀ ਉਹ ਕਹਿੰਦੇ ਸਮਾਂ ਦੱਸੇਗਾ ਵੀ ਕੌਣ ਕਿਹਦੇ ਜੁੱਤੀਆਂ ਮਾਰਦਾ ਤੇ ਮੇਰਾ ਵੀ ਖੋਪਰੀ ਤਾਂ ਲੱਥ ਸਕਦੀ ਹੈ ਪਰ ਮੇਰੇ ਕੇਸ ਨਹੀਂ ਲੱਥ ਸਕਦੇ ਪਏ ਤੁਸੀਂ ਖੋਪਰੀ ਲਾ ਦਿਓ ਮੈਨੂੰ ਪ੍ਰਵਾਨ ਹੈ ਮੈਂ ਕੇਸ ਨਹੀਂ ਲਵਾਉਣੀ ਕਹਿੰਦੇ ਅੱਛਾ ਇੰਨਾ ਪਿਆਰ ਲਾਓ ਮੋਚੀ ਨੂੰ ਲਾਓ ਦੀ ਖੋਪਰੀ ਖੋਪਰੀ ਲਾ ਕੇ ਛੁੱਟ ਦਿੱਤਾ ਹੁਣ ਤੁਸੀਂ ਵੇਖੋ ਉਹਦੀ ਖੋਪਰੀ ਲਾ ਕੇ ਛੁੱਟ ਦਿੱਤਾ
इधर इन पेशाब का बंद पै गए, बड़े इलाज कराए, नहीं गल बनना। किसी ने सलाह दी, जिस बंद खोपरी लाई है ना, बंदा बड़ा महात्मा है, बंदा बड़ा गुरसिख है, वो सरबत का भला मंगता ही नहीं, वो करता भी है। तू ये धक्का किया, हले कुछ नहीं मिले, तू माफी मांग ले। और तुसी वेखो मरदा की नहीं करता, है ना, उन्हें माफीनामा करता भी सिखा मैं माफ कर। सिख कहना मैं कौन माफ करने वाला, इतने पंथ फैसला करेगा। लो जी आप ही फैसले करी करने, कहना पंथ फैसला करेगा। अच्छा वो पंथ का फैसला वेखो, अजकल वाला काम नहीं है भी चुप करके बंद कमरे चिट्ठी लई ते जा माफ है, ना इदा नहीं होता। वो आ गए पंथ को, माफ कर दो जी ने गलती की थी, अपनी गलती माफी मंगता है। वो कहते भी माफी तो सिख ने देनी है, पर देनी किवें है ये असी दस देना। कहता जी दसो, कहते सिख के पैर की जुत्ती लैनी है, अपने सिर च मरवानी है। चलो जी पहुंच गए सिख के कोले, जिहड़ा कहता सी ना मार जुत्तियां करूंगा अधूरी जुत्तियां बार बार तेरी मैं सिखी तार दूंगा, अज उहदे पैर की जुत्ती लै ली। ਲਈ ਪਤਾ ਕਿ ਨੇ ਲਾਹੌਰ ਦਾ ਨਵਾਬ ਹੈ, ਗਵਰਨਰ ਹੈ, ਮਾੜਾ ਮੋਟਾ ਬੰਦਾ ਵੀ ਨਹੀਂ ਹੈ, ਤੇ ਉਹਦਾ ਨਾਮ ਪਤਾ ਕੀ ਹੈ, ਖਾਨ ਬਹਾਦਰ ਜਕਰੀਆ ਖਾਨ। ਹੁਣ ਇੱਧਰ ਬੰਨ ਪੈ ਗਿਆ, ਉੱਧਰ ਸਿੰਘ ਦੇ ਪੈਰ ਦੀ ਜੁੱਤੀ ਲੈ ਕੇ ਆਪਣੇ ਸਿਰ ਚ ਮਾਰਦਾ ਹੈ, ਉਹਦਾ ਬੰਨ ਟੁੱਟਦਾ ਹੈ। ਹੁਣ ਤੁਸੀਂ ਵੇਖੋ ਸਿੱਖ ਨੀ ਜੁੱਤੀ ਮਾਰਦਾ, ਸਿੱਖ ਦੇ ਪੈਰ ਦੀ ਜੁੱਤੀ ਆਪ ਹੀ ਆਪਣੇ ਸਿਰ ਚ ਮਾਰਦਾ, ਉਹਦਾ ਬੰਨ ਟੁੱਟਦਾ ਹੈ। ਤੇ ਉਹ ਸਿੱਖ ਦੇ ਪੈਰ ਦੀ ਜੁੱਤੀ ਨੂੰ ਸਿਰ ਚ ਮਾਰ ਮਾਰ ਕੇ ਉਹ ਮਰ ਗਿਆ। ਉਹ ਪਹਿਲੋਂ ਮਰਿਆ, ਸਿੱਖ ਨੇ ਬਾਅਦ ਚੋਂ ਸ਼ਵਾਸ ਛੱਡਿਆ। ਕੋਈ ਬੰਨ ਪ੍ਰਵਾਨ ਹੋ, ਇਹਨਾਂ ਦਾ ਮਰਨਾ ਪ੍ਰਵਾਨ ਹੋਇਆ ਕਿ ਨਹੀਂ, ਇਹਨਾਂ ਦਾ ਤਾਂ ਸਤਸੰਗਤ ਜੀਵਨ ਵੀ ਪ੍ਰਵਾਨ ਹੋ ਗਿਆ, ਜਨਮ ਵੀ ਪ੍ਰਵਾਨ ਹੋ ਗਿਆ, ਇਹਨਾਂ ਦਾ ਮਰਨ ਵੀ ਪ੍ਰਵਾਨ ਹੋ ਗਿਆ। ਹੁਣ ਅਗਲੀ ਗੱਲ ਵੇਖੋ ਸਿਰ ਕੀ ਕਹਿੰਦੇ ਨੇ, ਸੂਰੇ ਸਹੀ ਅੱਗੇ ਆਖੀਆਂ। ਉਹ ਬਹਾਦਰ ਕਹੀ ਜਾਂਦੇ ਨੇ ਅੱਗੇ ਕਿਹੜੇ, ਦਰਗਾਹ ਪਾਵੇ ਸੱਚੀ ਮਾਣੋ, ਜਿਹਨਾਂ ਨੂੰ ਮਾਲਕ ਦੀ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਸਨਮਾਨ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਅੱਜ ਵੀ ਜਦੋਂ ਵੀ ਕਿਸੇ ਗੁਰੂ ਦੇ ਦਰਬਾਰ 'ਚ ਅਰਦਾਸ ਹੋਏਗੀ ਜਾਂ ਤੁਸੀਂ ਇਕੱਲੇ ਅਰਦਾਸ ਕਰੋਗੇ, ਤੇ ਉਸ ਖੋਪਰੀ ਲਵਾਉਣ ਵਾਲੇ ਨੂੰ ਯਾਦ ਕਰਾਂਗੇ। ਜਿਨ੍ਹਾਂ ਖੋਪਰੀਆਂ ਲੁਹਾਈਆਂ, ਇੱਕ ਮੈਂ ਬੇਨਤੀ ਹੋਰ ਕਰ ਰਿਹਾ, ਕਈ ਕਹਿੰਦੇ ਜੀ ਕਈ ਪੜ੍ਹ ਵੀ ਦਿੰਦੇ ਵੀ ਜਿਨ੍ਹਾਂ ਖੋਪਰੀਆਂ ਉਤਰਵਾਈਆਂ, ਉਤਰਵਾਈਆਂ ਤੇ ਲੁਹਾਈਆਂ 'ਚ ਫਰਕ ਹੈ। ਅਸੀਂ ਸ਼ਬਦਾਂ ਵੱਲ ਧਿਆਨ ਨਹੀਂ ਦਿੰਦੇ, ਆਪਣੀ ਮਰਜ਼ੀ ਨਾਲ ਜੋ ਅੰਦਰ ਕਰੀ ਜਾਂਦੇ ਹਾਂ। ਉਤਰਵਾਈਆਂ ਤੇ ਲੁਹਾਈਆਂ, ਉਤਰਵਾਈ ਆਪਣੀ ਮਰਜ਼ੀ ਹੈ, ਹੁਣ ਮਾਫ਼ ਕਰਨਾ, ਜਿਨ੍ਹਾਂ ਨੇ ਕੇਸ ਕਟਾਏ ਹੈ ਆਪਣੀ ਮਰਜ਼ੀ ਨਾਲ ਕਟਾਏ ਹੈ। ਹੁਣ ਭਾਈ ਤਾਰੂ ਸਿੰਘ ਨੇ ਤੇ ਆਪਣੀ ਮਰਜ਼ੀ ਨਾਲ ਖੋਪਰੀ ਨਹੀਂ ਲੁਹਾਈ, ਉਤਰਵਾਈਆਂ ਆਪਣੀ ਮਰਜ਼ੀ ਨਾਲ, ਲੁਹਾਈਆਂ ਅਗਲੇ ਦੀ ਮਰਜ਼ੀ ਨਾਲ, ਸਾਡੀ ਮਰਜ਼ੀ ਨਹੀਂ ਹੈ, ਤੂੰ ਲਾਉਣੀ ਹੈ ਤੇ ਲਾ ਦੇ, ਸਾਨੂੰ ਕੋਈ ਪਰਵਾਹ ਨਹੀਂ। ਅੱਜ ਵੀ ਯਾਦ ਕਰਦੇ ਹਾਂ ਸੁਣਨਾ, ਕਿਉਂ, ਕਿਉਂਕਿ ਉਹ ਸੂਰਮੇ ਨੇ, ਉਹ ਦਰਗਹਿ ਪਾਵੈ ਸਾਚੀ ਮਾਣ, ਦਰਗਹਿ ਮਾਣ ਪਾਵੈ ਪਛਮ ਜਾਵੈ ਆਗੇ ਲੋਕ ਨਾ ਲਾਗੈ। ਇਹ ਲੋਕ ਜਿਹੜੇ ਨੇ, ਇਹ ਸੂਰਮੇ ਜਿਹੜੇ ਨੇ, ਇਹ ਬਹਾਦਰ ਜਿਹੜੇ ਨੇ, ਇੱਜ਼ਤ ਨਾਲ ਜਾਂਦੇ ਨੇ ਕਿੱਥੇ, ਮਾਲਕ ਦੀ ਦਰਗਾਹ ਆਗੇ ਲੋਕ ਨਾ ਲਾਗੈ, ਫਿਰ ਅੱਗੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਬਾਣੀ ਦਾ ਇੱਕ ਬਚਨ ਹੈ, ਅਸੀਂ ਕਿੱਦਾਂ ਨਰਾਦਰ ਕਰਨਾ ਹੋਵੇ ਤੇ ਪਤਾ ਕਿਵੇਂ, ਓਏ ਓਏ ਸ਼ਬਦ ਵਰਤਣਾ ਨਰਾਦਰ ਦੀ ਮੰਨਿਆ ਜਾਂਦਾ ਹੈ, ਤੈਨੂੰ ਬੁਲਾਉਣ ਦਾ ਨਹੀਂ ਪਤਾ, ਮੇਰਾ ਕੋਈ ਨਾਮ ਹੀ ਹੋਵੇਗਾ, ਅੱਜ ਤੂੰ ਕਿਹਨੂੰ ਬੁਲਾ ਰਿਹਾ, ਓਏ ਇੰਦਰਾ। ਜਾਂ ਆਪਾਂ ਬਾਣੀ ਦਾ ਇੱਕ ਬਚਨ ਹੈ, ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇ। ਉੱਥੇ ਉਹਨੇ ਓਏ ਪਰੇ ਇਹ ਨਹੀਂ ਕਿਹਾ ਜਾਂਦਾ, ਉੱਥੇ ਫਿਰ ਪਤਾ ਕੀ ਕਿਹਾ ਜਾਂਦਾ, ਕਹਿੰਦੇ ਨੇ ਆਓ ਬੈਠ, ਆਓ ਜੀ ਬੈਠੋ, ਆਦਰ ਸ਼ੁਭ ਦੇਵ। ਜਿਹਦਾ ਆਦਰ ਕਰਨਾ ਹੈ ਉਹਨੂੰ ਤੇ ਆਓ ਜੀ ਕਹਿਣਾ ਪੈਣਾ, ਤੇ ਜਿਹਦਾ ਆਦਰ ਨਹੀਂ ਕਰਨਾ ਉਹਨੂੰ ਧੱਕਾ ਮਾਰ ਦੇਣਾ। ਤੈਨੂੰ ਕਿਹਨੇ ਕਿ ਅੱਗੇ ਆਉਣ, ਚੱਲ ਪਿੱਛੇ, ਆਦਰ ਹੋ ਗਿਆ ਨਾ। ਉਹਨਾਂ ਦਾ ਉੱਥੇ ਆਦਰ ਹੁੰਦਾ, ਰੇ ਰੇ ਦਰਗਾਹ ਕਹਿ ਕਹੋ, ਆਓ ਬੈਠ ਆਦਰ ਸ਼ੁਭ ਦੇਵ।
किस गल का मिलिया जी करे कि आवै ता फल पावै जिसे वे कहो भागै क्यों हरे न्योने अपने मन च झाती मार के लिखी लिखी साडा डर गुंब गया पढ़ते की है मैं बेनती करा जिन हर निरको ध्याया जी तिनका भौ सब गवासी सोतरी बाणी का वचन भी जिन्हां ने निरको नूं जप लिया उधर अंदरों सारा डर खत्म हो गया उधरों डर मुक गया कि साडे अंदरों डर मुक गए वेखिए तुसीं किहड़े किहड़ा किहड़ा डर मेरे अंदरों निकल गया थोड़ी जी मुशक्कत करिया करो जिस रात तुरना है ना तो थोड़ी जी मेहनत जरूर कर मेहनत लिखण की होनी चाहिए है लिख के वेखो भी मेरे अंदर कड़ा कड़ा डर निकल गया किड़िया किड़िया चीजा का मेरे अंदर डर नहीं है अरे वेखो तो सही कर किड़िया किड़िया चीजा का मैं डर है साढ़े अंदर डर पाया जाया बाणी का एक वचन है बच्चा जड़े चंचल मत बारक पपरे की बच्चा है चंचल है उन्हों की पता भी आग मैं छाड़ देगी जाके अग नू फड़दा है ठीक है जी जे बच्चे के सामने सप आ जाए ना फिर उन्हें सप नू भी लैना तो जो थोड़ा जि जवान हो जाए फिर फड़दा सप मैं नहीं जाना कमरे च रस्सी भी सप नजर आती है हुण की हो गया बे मालक ने वचन किया चंचल मत बारक पपरे की सर्प अग्न कर मेला ਉਹ ਸੱਪ ਨੂੰ ਫੜਨਾ ਚਾਹੁੰਦਾ ਹੈ ਉਹ ਅੱਗ ਨੂੰ ਫੜਨਾ ਚਾਹੁੰਦਾ ਹੈ ਕਿਉਂਕਿ ਅੱਗ ਜਿਹੜੀ ਹੈ ਨਾ ਲਾਲ ਹੈ ਉਹ ਜਾ ਕੇ ਵੇਖਦਾ ਵੀ ਲਾਲ ਰੰਗ ਕੀ ਚੀਜ਼ ਨੂੰ ਫੜਨਾ ਤੈਨੂੰ ਰੋਕਦਾ ਕੌਣ ਹੈ ਮਾਂ ਰੋਕਦੀ ਹੈ ਤੇ ਕਈ ਵਾਰੀ ਮਾਂ ਨੂੰ ਚਪੇੜ ਵੀ ਮਾਰਨੀ ਪੈਂਦੀ ਵੀ ਫੁੜ ਫੁੜ ਕੇ ਅੱਗ ਵੱਲ ਜਾਂਦਾ ਵੀ ਤੂੰ ਸੜ ਜਾਏਗਾ ਇੱਕ ਚਪੇੜ ਵੱਜਦੀ ਹੈ ਪਿੱਛੇ ਫਿਰ ਨਹੀਂ ਹੁੰਦਾ ਵੀ ਜਦੋਂ ਵੱਡਾ ਹੋ ਜਾਏ ਫਿਰ ਅੱਛਾ ਜੀ ਬੇਨਤੀ ਹੋਰ ਡਰ ਵੀ ਮਾਂ ਹੀ ਪਾਉਂਦੀ ਹੈ ਆਈ ਮਾਣੋ ਬਿੱਲੀ ਉਹ ਅੱਜ ਤੱਕ ਨਹੀਂ ਆਈ ਆ ਬਾਬਾ ਫੜ ਕੇ ਲੱਜੂਗਾ ਤਰ ਉਹ ਡਰ ਪਵਾ ਕੇ ਨਾ ਉਹਨੂੰ ਕੁਝ ਖਿਲਾਣਾ ਉਹਨੂੰ ਕੁਝ ਖਵਾਉਣਾ ਜਾਂ ਚੰਗੇ ਪਾਸੇ ਲੈ ਕੇ ਜਾਣਾ ਇਸ ਕਰਕੇ ਡਰ ਦੇ ਅੰਦਰ ਪਾਇਆ ਹੁਣ ਚੰਗੇ ਪਾਸੇ ਲੈ ਕੇ ਜਾਣਾ ਤੇ ਡਰ ਪਾਉਣਾ ਤੇ ਚਲੋ ਵਧੀਆ ਵੀ ਥੋੜਾ ਜਿਹਾ ਡਰੇ ਚੰਗੇ ਪਾਸੇ ਤੁਰ ਗਿਆ ਤੇ ਹੁਣ ਜੇ ਡਰ ਪਾਇਆ ਤੇ ਮਾੜੇ ਪਾਸੇ ਲੈ ਗਏ ਤੇ ਫਿਰ ਉਹਦਾ ਤਾਂ ਕੋਈ ਲਾਭ ਹੀ ਨਾ ਸਤਿਗੁਰ ਕਹਿੰਦੇ ਉਹਨਾਂ ਦਾ ਡਰ ਮੁੱਕ ਗਿਆ ਕਿੰਨਾ ਦਾ ਜਿਹੜੇ ਇੱਕ ਨੂੰ ਧਿਆਉਂਦੇ ਗਏ ਇੱਕ ਗੁਰੂ ਸਾਹਿਬ ਜੀ ਦੇ ਕੋਲੇ ਆਇਆ ਸੀਗਾ ਭਾਈ ਤਾਰੂ ਵੈਸੇ ਦਾ ਨਾਮ ਤਾਰਾ ਵੀ ਲਿਖਿਆ ਪਰ ਭਾਈ ਗੁਰਦਾਸ ਨੇ ਤਾਰੂ ਕੋਪਟ ਤਾਰਿਆ ਤਾਰੂ ਕੋਪਟ ਲਿਖਿਆ ਭਾਈ ਸਾਹਿਬ ਗੁਰਦਾਸ ਜੀ ਦਾ ਉਹ ਛੋਟੀ ਜਿਹੀ ਉਮਰ ਦਾ ਕੀ ਕਹਿੰਦਾ ਨਾਨਕ ਜੀ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਮਾਲਕ ਤੇਰੇ ਤਾਂ ਡਰ ਕਿੱਥੋਂ ਆ ਗਿਆ ਤੇ ਪਤਾ ਕੀ ਕਹਿੰਦਾ ਕਹਿੰਦਾ ਮਾਂ ਕਹਿੰਦੀ ਸੀ ਪੁੱਤ ਅੱਗ ਬਾਲ ਮੈਂ ਕਿਹਾ ਮੇਰੇ ਕੋਲ ਨਹੀਂ ਬਲਦੀ ਮਾਂ ਕਹਿੰਦੀ ਚੱਲ ਆ ਤੈਨੂੰ ਸਿਖਾਵਾਂ ਤੇ ਮਾਂ ਨੇ ਕਿਹਾ ਵੀ ਪੁੱਤਰ ਸਭ ਤੋਂ ਪਹਿਲੇ ਛੋਟੀਆਂ ਲੱਕੜਾਂ ਰੱਖੋ ਬਾਰੀਕ ਪਤਲੀਆਂ ਕਿਉਂ ਕਿਉਂ ਉਹਨਾਂ ਨੂੰ ਅੱਗ ਛੇਤੀ ਫੜਦੀ ਹੈ ਜਿਹਨਾਂ ਨੂੰ ਅੱਗ ਬਾਲਣੀ ਆਉਂਦੀ ਹੈ ਉਹਨੂੰ ਪਤਾ ਹੈ ਤੇ ਜਿਹਨਾਂ ਨੇ ਸਿੱਖਣੀ ਹੈ ਕਦੇ ਕਰਕੇ ਵੇਖੋਗੇ ਬਾਰੀਕ ਪਤਲੀਆਂ ਲੱਕੜਾਂ ਰੱਖੋਗੇ ਉਹਨਾਂ ਨੂੰ ਅੱਗ ਛੇਤੀ ਪਕੜੇਗੋ ਫਿਰ ਉੱਪਰ ਮੋਟੀਆਂ ਰੱਖ ਦੋ ਫਿਰ ਮੋਟੀਆਂ ਰੱਖ ਦੋ ਅੱਗ ਬੁਝਣੀ ਕੋਈ ਨਹੀਂ ਕਹਿੰਦਾ ਜਿੱਦਣ ਸਤਿਗੁਰੂ ਮੈਂ ਅੱਗ ਬਾਲਣੀ ਸਿੱਖੀ ਨਾ ਜਦੋਂ ਬਾਬਰ ਨੇ ਅਹਿਮਦਾਬਾਦ ਹਮਲਾ ਕੀਤਾ ਅਹਿਮਦਾਬਾਦ ਤੁਸੀਂ ਬਾਣੀ ਪੜ੍ਹਦੇ ਹੋ ਤੇ ਬਾਣੀ ਦਾ ਵਚਨ ਹੁੰਦਾ ਨਾ ਪਾਪ ਕੀ ਜਦ ਲੈ ਕਾਬਲ ਨੂੰ ਘਾੜਿਆ ਜੋਰੀ ਮੰਗੇ ਦਾਨ ਵੇ ਲਾ ਲੋ ਅਹਿਮਦਾਬਾਦ ਨੂੰ ਜਦੋਂ ਮੈਨੂੰ ਇਹ ਅੱਗ ਲਾਈ ਨਾ ਬਾਬਰ ਵਾਲਿਆਂ ਨੇ
ਇਹ ਅੱਗ ਬੁਝਾਉਣ ਤੁਰਿਆ ਹੋਇਆ। ਅਗਲਿਆ ਫੜਦੇ ਆ ਬਈ ਕਿੱਧਰ, ਕਹਿੰਦਾ ਅੱਗ ਬੁਝਾਉਣ। ਕਿਹਨੇ ਕਿਹਾ, ਕਿਹਨੇ ਕਿਹਾ ਅੱਗੋਂ ਦਲੇਰੀ ਵੇਖੋ, ਕਹਿੰਦਾ ਤੁਹਾਨੂੰ ਅੱਗ ਲਾਉਣ ਵਾਸਤੇ ਕਿਹਨੇ ਕਿਹਾ, ਕਹਿੰਦਾ ਸਾਡੀ ਸਰਕਾਰ ਦਾ ਹੁਕਮ ਹੈ ਅੱਗ ਲਾਉਣ ਦਾ, ਤੇ ਕਹਿੰਦਾ ਫਿਰ ਮੇਰੀ ਸਰਕਾਰ ਦਾ ਹੁਕਮ ਹੈ ਅੱਗ ਬੁਝਾਉਣ ਦਾ। ਸਰਕਾਰ ਸਰਕਾਰ ਚ ਫਰਕ ਹੈ, ਸਾਡੀ ਸਰਕਾਰ ਤੇ ਗੁਰੂ ਗ੍ਰੰਥ ਸਾਹਿਬ ਹੈ ਜੀ ਘਰ ਦੀ, ਪਰ ਇਹ ਸੱਚੀ ਸਰਕਾਰ ਹੈ। ਕਹਿੰਦਾ ਮੇਰੀ ਸਰਕਾਰ ਦਾ ਹੁਕਮ ਹੈ ਅੱਗ ਬੁਝਾਉਣ ਦਾ, ਕਹਿੰਦਾ ਸਾਡੀ ਸਰਕਾਰ ਦਾ ਹੁਕਮ ਹੈ ਅੱਗ ਲਾਉਣ ਦਾ, ਤੂੰ ਸਾਡੀ ਸਰਕਾਰ ਦਾ ਹੁਕਮ ਨਹੀਂ ਮੰਨਿਆ, ਤੈਨੂੰ ਜਿਉਣ ਦਾ ਕੋਈ ਹੱਕ ਨਹੀਂ। ਕਹਿੰਦਾ ਕੋਈ ਗੱਲ ਨੀ, ਪਰ ਆਪਣੀ ਸਰਕਾਰ ਦਾ ਹੁਕਮ ਤੇ ਮੰਨਿਆ ਹੈ, ਕੱਲ ਨੂੰ ਜਦੋਂ ਤਵਾਰੀਕ ਲਿਖੀ ਜਾਏਗੀ ਤੇ ਮੇਰਾ ਨਾਮ ਕਿਹਦੇ ਚ ਆਏਗਾ, ਅੱਗ ਬੁਝਾਉਣ ਵਾਲਿਆਂ ਚ ਆਏਗਾ ਨਾ ਕਿ ਅੱਗ ਲਾਉਣ ਵਾਲਿਆਂ ਚ ਆਏਗਾ, ਤੇ ਤੁਹਾਡਾ ਨਾਂ ਕਿੱਥੇ ਆਏਗਾ, ਅੱਗ ਲਾਉਣ ਵਾਲਿਆਂ ਚ। ਉਹਨਾਂ ਨੇ ਕਿਹਾ ਤੈਨੂੰ ਗੱਲਾਂ ਬੜੀਆਂ ਆਉਂਦੀਆਂ, ਤੇਰੀ ਜ਼ਬਾਨ ਬੜੀ ਚਲਦੀ, ਚੁੱਕਿਆ ਤੇ ਉਹ ਬਲਦੀ ਬਿਲਡਿੰਗ ਦੇ ਵਿੱਚ ਛੁੱਟ ਦਿੱਤਾ। ਉਹ ਪਹਿਲਾਂ ਸ਼ਹੀਦ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਪਦੇਸ਼ ਕੁਮਾਰ, ਕਿਉਂਕਿ ਇਧਰੋਂ ਡਰ ਨਿਕਲ ਗਿਆ। ਵੈਸੇ ਨਾ ਤੁਸੀਂ ਪੜ੍ਹਨਾ ਨਹੀਂ ਆ, ਇਹ ਸੱਚਾਈ ਹੈ, ਨਹੀਂ ਤਾਂ ਕਦੇ ਤੁਸੀਂ ਕੂਕਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਦੋ ਚਾਰ ਪੰਨੇ ਪੜ੍ਹ ਲਿਓ ਬਸ, ਜਿਨ੍ਹਾਂ ਨੂੰ ਤੋਪ ਦੇ ਨਾਲ ਉਡਾ ਦਿੱਤਾ ਸੀ ਏਅਰਪੋਰਟ ਲਈ, ਪੜ੍ਹ ਕੇ ਵੇਖੋ। ਉਹਦੇ ਚ ਤੁਹਾਨੂੰ ਨਾ ਮਿਲੇਗਾ ਇੱਕ ਛੋਟਾ ਜਿਹਾ ਬੱਚਾ ਹੈ, ਤਕਰੀਬਨ 13-14 ਸਾਲਾਂ ਦਾ ਹੋਏਗਾ, ਉਹ ਅੰਗਰੇਜ਼ ਦੇ ਥੱਪੜ ਜੜ ਦਿੱਤਾ, ਅੰਗਰੇਜ਼ ਦੇ ਥੱਪੜ ਮਾਰ ਦਿੰਦਾ ਹੈ, ਤੇ ਉਹ ਜਿਹੜੇ ਅਹਲਕਾਰ ਨੇ ਉਸੇ ਵੇਲੇ ਉਹਨੂੰ ਉੱਥੇ ਮੌਕੇ ਤੇ ਵੱਢ ਕੇ ਪਾਸੇ ਕਰ ਦਿੱਤਾ। ਇੱਡੀ ਜੁਰਤ ਕਿੱਥੋਂ ਆ ਗਈ ਸਾਡੇ, ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸ। ਉੱਚਾ ਨਹੀਂ ਕਹਿਣਾ ਮਾਲਕ ਤੇ, ਹੰਕਾਰ ਨਹੀਂ ਕਰਨਾ, ਮਨ ਮੈਂ ਰਹਿਣਾ, ਆਪਣੇ ਆਪ ਤੇ ਕਾਬੂ ਕਰਕੇ ਰੱਖਣਾ, ਆਪੇ ਜਾਣ ਹੈ ਜਾਣੋ, ਉਹ ਮਾਲਕ ਸਭ ਕੁਝ ਜਾਣਦਾ ਹੈ, ਮਰਨ ਮੁੜ ਸਭ ਸੂਰਿਆ ਹੱਕ ਹੈ ਜੋ ਹੋਏ ਮਰੈ ਪ੍ਰਮਾਣੋ। ਉਹਨਾਂ ਸੂਰਮਿਆਂ ਨੂੰ, ਉਹਨਾਂ ਬਹਾਦਰਾਂ ਨੂੰ ਮਰਨਾ ਸਫਲ ਹੈ ਜਿਹੜੇ ਮਾਲਕ ਦੇ ਘਰ ਪ੍ਰਵਾਨ ਹੁੰਦੇ ਨੇ। ਜੇ ਕਿਸੇ ਮਕਸਦ ਵਾਸਤੇ ਮਰਦੇ ਹਾਂ ਤੇ ਸਾਡੀ ਮੌਤ ਪ੍ਰਵਾਨ ਹੈ, ਜੇ ਕਿਸੇ ਮਕਸਦ ਵਾਸਤੇ ਜਿਉਂਦੇ ਹਾਂ ਤੇ ਸਾਡਾ ਜੀਵਨ ਪ੍ਰਵਾਨ ਹੈ। ਅਗਲੀ ਗੱਲ ਸਾਹਿਬ ਜੀ ਨੇ ਬਚਨ ਕੀਤਾ, ਨਾਨਕ ਕਿਸ਼ਨੋ ਮਾਮਾ ਰੋਈ ਹੈ ਬਾਜੀ ਹੈ ਇਹ ਸੰਸਾਰੋ। ਮਾਲਕ ਤੇ ਸੰਸਾਰ ਕਰਤਾਰ ਦੀ ਖੇਡ ਹੈ, ਹੁਣ ਕਿਹਨੂੰ ਰੋਈਏ ਅਸੀਂ ਦੱਸੋ, ਜੰਮਣਾ ਵੀ ਖੇਡ ਹੈ ਮਰਨਾ ਵੀ ਖੇਡ ਹੈ। ਆਵਣ ਜਾਣ ਨੇ ਖੇਡ ਬਣਾਇਆ, ਬੱਚੇ ਖੇਡ ਖੇਡਦੇ ਆ, ਉਹ ਕਿੰਨੀਆਂ ਗੁੱਡੀਆਂ ਪੜਾਉਂਦੇ ਆ, ਫਿਰ ਸਾਡੀ ਗੁੱਡੀ ਮਰ ਗਈ ਜੀ, ਫਿਰ ਚਲੋ ਜੀ ਨੂੰ ਅੱਗ ਲਾ ਦਿਓ, ਹੈ ਨਾ, ਉਹ ਰੋਂਦੇ ਨੇ ਕਿਤੇ, ਬਿਲਕੁਲ ਨਹੀਂ। ਬੱਚੇ ਘਰ ਬਣਾਉਂਦੇ ਨੇ ਖੁਸ਼ੀ ਦੇ ਨਾਲ, ਜਦੋਂ ਘਰੋਂ ਸਿੱਧਾ ਆਉਂਦਾ ਆ ਜਾਓ ਭਾਈ ਹਨੇਰਾ ਹੋ ਗਿਆ, ਉਹ ਆਪਣਾ ਬਣਾਇਆ ਘਰ ਆਪ ਹੀ ਢਾ ਕੇ ਤੁਰ ਜਾਂਦੇ ਨੇ, ਉਹਨਾਂ ਨੂੰ ਬਣਾਉਣ ਵਿੱਚ ਵੀ ਖੁਸ਼ੀ ਹੈ, ਉਹਨਾਂ ਨੂੰ ਢਾਉਣ ਵਿੱਚ ਵੀ ਖੁਸ਼ੀ ਹੈ, ਨਹੀਂ ਰੋਂਦੇ, ਖੁਸ਼ੀ ਨਾਲ ਬਣਾਉਂਦੇ ਨੇ, ਖੁਸ਼ੀ ਨਾਲ ਢਾਉਂਦੇ। ਕਹਿੰਦੇ ਨੇ ਖੇਡ ਦਾ ਜਾਂ ਨਿਰੰਕਾਰ ਹੈ ਤੇ ਜਾਂ ਫਿਰ ਬੱਚਾ ਖੇਡਦਾ, ਬਾਕੀ ਕੋਈ ਖੇਡ ਨਹੀਂ ਹੈ। ਨਿਰੰਕਾਰ ਦੀ ਖੇਡ ਹੈ, ਖੁਸ਼ੀ ਨਾਲ ਬਣਾਉਂਦਾ ਹੈ ਖੁਸ਼ੀ ਨਾਲ ਢਾਉਂਦਾ ਹੈ, ਬੱਚਾ ਖੇਡਦਾ ਹੈ ਖੁਸ਼ੀ ਨਾਲ ਬਣਾਉਂਦਾ ਹੈ ਖੁਸ਼ੀ ਨਾਲ ਢਾਉਂਦਾ ਹੈ, ਬਾਕੀ ਖੇਡਾਂ ਚ ਹੈ ਖੁਸ਼ੀ ਦਾ ਵੀ, ਬਾਕੀ ਤੇ ਦੇਖੋ ਹੁਣ ਖੇਡਾਂ ਵਿੱਚ ਅਸੀਂ ਵੀ ਸ਼ਾਮਲ ਹੋ ਜਾਂਦੇ ਹਾਂ ਨਾ, ਜਿਹੜੀ ਧਿਰ ਜਿੱਤਦੀ ਅਸੀਂ ਖੁਸ਼ੀ ਮਨਾਉਂਦੇ ਹਾਂ, ਤੇ ਜੇ ਸਾਡੀ ਧਿਰ ਹਾਰ ਗਈ ਤੇ ਅਸੀਂ ਸਿਆਪਾ ਪਾ ਦਿੰਦੇ ਹਾਂ, ਪਾ ਦਿੰਦੇ ਹਾਂ ਘਰ ਦੇ ਭਾਂਡੇ ਪੰਨ ਟੀਵੀ ਪੰਨ ਵੀ ਹਾਰ ਕਿਉਂ ਗਏ, ਭਾਈ ਜੇ ਹਾਰ ਗਏ ਜਾਂ ਜਿੱਤ ਗਏ ਉਹਨਾਂ ਨੂੰ ਮਿਲਣਾ ਯੋਗ ਮਿਲਣ, ਤੁਹਾਨੂੰ ਕੱਖ ਨਹੀਂ ਮਿਲਣਾ। ਕੁਦਰਤ ਕਰੇ ਵਿਚਾਰੋ, ਪਾਤਸ਼ਾਹ ਕਹਿੰਦੇ ਉਹ ਸਾਹਿਬ ਆਪਣੀ ਸਾਰੀ ਕੁਦਰਤ ਨੂੰ ਬਣਾ ਕੇ ਉਹਦੀ ਸੰਭਾਲ ਆਪ ਕਰਦਾ, ਕੁਦਰਤ ਵਿਚਾਰੇ ਕੁਦਰਤ ਦੀ ਸੰਭਾਲ ਕਰਦਾ, ਧਾਰਨ ਤਾਰੇ ਤੇ ਉਹ ਸਾਰਿਆਂ ਜੀਵਨ ਨੂੰ ਆਸਰਾ ਦਿੰਦਾ, ਕਿਉਂ ਜਿਨ ਕੀਆ ਸੋ ਜਾਣਾ, ਜਿਹਨੇ ਸ੍ਰਿਸ਼ਟੀ ਦੇ ਜੀਵਨ ਨੂੰ ਪੈਦਾ ਕੀਤਾ ਉਹੀ ਜਾਣਦਾ। ਜਪਜੀ ਸਾਹਿਬ ਦਾ ਬਚਨ ਹੈ ਨਾ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ
आप ही जाना है, सोई वो आप जानता है, असी भेद नहीं पा सकता। आपे वेख वो वेखता भी आप है, आपे बुझ बुझन वाला भी आप है। साहब जी ने अगला बचन पता की किया, मालिक ने आपे हुक्म पछाण, हुक्म की पछाण भी आप करा। इस गल दाता जी ने एक थान से होर बयान किया, शब्द थोड़े जे बदल गए ने, आपे शब्द आपे निशान आपे सुरता आपे जावे। शब्द भी आप है, शब्द को समझने वाला भी आप है, आपे शब्द आपे निशान शब्द भी आप, लिखत भी आप, आपे सुरता उन्हों समझने वाला भी आप, उन्हों कमाने वाला भी आप। दादा जी ने बचन किया, आपे वेख है आपे बुझे आपे हुक्म पछाण, जिन किच किया सोई जाने ताका रूप अपारो। जिने सारी कायनात कायनात के जीवां नू जनता नू पैदा किया है ना जी, उदा रूप बयान है, असीं बयान नहीं कर सकते। साहब जी ने वचन किया, नानक किसनो बाबा रोई है, बाजी है ए संसारो। ए संसार करतार दी खेड है, और इस खेड विच की हुंदा है, एक आंदा है एक चले जाता है। अच्छा जी, एक बंदा होर भी हुंदा है, वो केड़ा वो जड़ा बैठा वाले की उड़ीक कर दी, कदे वेखे हो एक जा रहा है एक आ रहा है, एक बैठा उड़ीक कर, एक चल रहा है एक चाल सा, सब अपनी वार, बस वो वारी जिवें दी वारी आई उन्हें मैदान चाहना, ते जिदी वारी मुक गई उन्हें मैदान चो चले जाना, ते जिदी वारी नहीं मुकी उन्हें मैदान च खेल दे। फिर मालक अंदर होना क्यों है भाई, किसी भी प्राणी के अकाल चलाने मगरों रोना व्यर्थ है। तुसी वेखो किसी प्यारे दे चले जाना, अखां गिलियां होनियां इक वखरा विशा, पर सतगुरु उन्हां दी बात करदे ने, किन्हां दी जिहड़े बाल खिलार लैंदे ने, हां उह खिलार की, जे कोई नाम ही खिलारना चाहे तो कहंदे ने ना कर तू ते विधवा हो गई, तेरा ते घर वाला मर गया, तू चुड़ियां पाना तू बाल खिलार, तू स्यापा पा तू उची उची ताहा मा, तू अपनी गलां पिट तू अपने पट कुट अपन छातियां कुटियां, आ जिहड़ा स्यापा पाउणा है ना जी, मालक ने गुरमंदर नहीं है ना। तुसी वेखो बाबा बुढ़ा साहब जी का संस्कार धन गुरु हरगोबिंद साहब पातशाह जी ने अपने हाथी किया है, किन्ने भागा वाला सिख होगा जिस सिख का संस्कार सतगुरु के हाथी हो रहा है, पहली गल। ते दूसरी गल, बाबा बुढ़ा साहब जी जो चले गए शरीरक तौर पर, धन गुरु हरगोबिंद साहब जी दखा नम सन अखा में फिर मालिक के अंजू सन, प्यारे के जाने के दुख तो उत्थे भी है, सतगुरु ने स्यापा तो नहीं पाया, मालक ने स्यापा नहीं पाया, बस सतगुरु पातशाह की रहमत करन असि गुरु की बाणी को जीवन आधार बना के अपना जीवन गुरमत अनुसार जी के सफल कर सकें। अब दूजे शब्द के पाठ के विचार कोई फिर बेनती करांगा, जे तुसी शब्द का उत्ते दीदार करोगे कि जो शब्द की समाप्ति है, मेरे मालिक ने पूर्ण विराम पा के चार अंक पाया, फिर मेरे मालिक ने पूर्ण विराम पा दिता, फिर उसके अगे मेरे मालिक ने अंक दो पा दिता, उसका मतलब यह है कि यह चार पदियों का शब्द है और अलानिया बाणी का यह दूसरे नंबर का शब्द है। धन गुरु ग्रंथ साहिब जी सब की कृपा करनी, इतनिया बेनतियां प्रवान करनी, मेरी थोड़ी पादनी उपदेश गुरु का जान करके सुना बख्शो शीश बुलाओ फतेह वाहिगुरु जी का खालसा वाहिगुरु जी की फतेह। राम कली महला तीजा आनंद भगवंकार सतगुरु प्रसाद मन पया मेरी माए सतगुरु मैं पाया सतपुथा पाया चैते की।